ਬਾਬਾ ਜੀ ਦਾ ਨਾਂ ਅਜਾਇਬ ਸਿੰਘ ਹੈ ਜੀ। ਗੁਰਦੁਆਰਾ ਟਾਹਲੀ ਸਾਹਿਬ ਦਾ ਮੁੱਖ ਪ੍ਰਬੰਧਕ ਹੈ। 18 ਤੋਂ 20 ਸਾਲ ਹੋ ਗਏ ਤਕਰੀਬਨ ਇਹਨਾਂ ਨੂੰ ਉੱਥੇ ਸਾਡੀ ਸੇਵਾ ਕਰਦੇ ਹਾਂ। ਬਰਨਾਲਾ 'ਚ ਬਾਬਾ ਅਜਾਇਬ ਸਿੰਘ ਦੀ ਲਾਸ਼ ਮਿਲਣ ਕਾਰਨ ਇਲਾਕੇ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਬਾਬਾ ਅਜਾਇਬ ਸਿੰਘ ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਸਨ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਬਾਬਾ ਅਜਾਇਬ ਸਿੰਘ ਜੀ ਦਾ ਅਗਵਾ ਕਰਨ ਤੋਂ ਬਾਅਦ ਕਤਲ ਕੀਤਾ ਗਿਆ ਹੈ। ਇੱਥੇ ਲਿਆ ਕੇ ਜੀ ਹੁਣ ਜੋ ਸਾਨੂੰ ਪਤਾ ਲੱਗਦਾ ਵੀ ਇੱਥੇ ਲਿਆ ਕੇ ਉਹਨਾਂ ਨੇ ਉਹਨਾਂ ਦੀ ਰਿੱਥ ਕਰ ਦਿੱਤੀ ਹੈ। ਅਗਵਾ ਕਰਕੇ ਲਿਆ ਕੇ ਜੀ ਉੱਥੋਂ ਕਤਲ। ਗੱਲਬਾਤ ਇਹ ਜੀ, ਦੇਖੋ ਗੱਲਬਾਤ ਬਾਰੇ ਸਾਨੂੰ ਕੋਈ ਪਤਾ ਨਹੀਂ ਵੀ ਕਿਹੜੇ ਲਿਆਏ ਆ। ਇਹ ਬੰਦਾ ਜਿਹੜਾ ਸਤਨਾਮ ਸਿੰਘ ਗਿਆ, 4-5 ਬੰਦੇ ਗੱਡੇ ਸੀ ਇੰਡੀਕਾ ਗੱਡੀ ਦੇ ਵਿੱਚ। ਇਹ ਸਤਨਾਮ ਸਿੰਘ ਉਤਰਿਆ ਬਾਬਾ ਜੀ ਕੋਲੇ, ਗਿਆ ਬਾਬਾ ਜੀ ਨੂੰ ਇਹਨੇ ਗੱਲ ਫੋਨ 'ਤੇ ਕਰਾਈ ਆ, ਫੋਨ 'ਤੇ ਕਰਾ ਕੇ ਬਾਬਾ ਜੀ ਨੂੰ ਨਾਲ ਲੈ ਆਏ। ਬਾਬਾ ਜੀ ਦਾ ਨਾਂ ਅਜਾਇਬ ਸਿੰਘ ਆ ਜੀ। ਗੁਰਦੁਆਰਾ ਟਾਹਲੀ ਸਾਹਿਬ ਦਾ ਮੁੱਖ ਪ੍ਰਬੰਧਕ ਆ। 18 ਤੋਂ 20 ਸਾਲ ਹੋ ਗਏ ਤਕਰੀਬਨ ਇਹਨਾਂ ਨੂੰ ਉੱਥੇ ਸਾਡੀ ਸੇਵਾ ਕਰਦੇ ਹਨ। ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਆ, ਜੋ ਵੀ ਇਮਾਰਤ ਆ ਸਾਰੀ ਇਹਨਾਂ ਨੇ ਤਿਆਰ ਕਰਾਈ ਹੈ। ਇੱਥੇ ਲਿਆ ਕੇ ਜੀ ਹੁਣ ਜੋ ਸਾਨੂੰ ਪਤਾ ਲੱਗਦਾ ਵੀ ਇੱਥੇ ਲਿਆ ਕੇ ਉਹਨਾਂ ਨੇ ਉਹਨਾਂ ਦੀ ਰਿੱਥ ਕਰ ਦਿੱਤੀ ਹੈ ਅਤੇ ਦੱਬ ਦਿੱਤਾ। ਬਾਕੀ ਹੁਣ ਸਾਰੀ ਸਾਹਮਣੇ ਆ ਜਾਣੀ, ਅਸੀਂ ਤਾਂ ਹੁਣ ਆਏ ਹਾਂ, ਬਾਕੀ ਹੁਣ ਸਾਰਾ ਕੁਛ ਆਪਣੇ ਸਾਹਮਣੇ। ਗਊਸ਼ਾਲਾ ਜੀ ਇਹ ਬਰਨਾਲੇ ਸ਼ਹਿਰ ਦੇ ਵਿੱਚ ਪੈਂਦਾ, ਸੰਘੇੜਾ ਪਿੰਡ। ਕੱਲ੍ਹ ਨਾ ਜੀ ਜੋ ਜਦ ਤੋਂ ਬਾਬਾ ਜੀ ਇਹਨਾਂ ਨੇ ਕਨੈਪ ਕੀਤੇ ਨੇ, ਕੱਲ੍ਹ ਨਾ ਗਈਆਂ ਨੇ ਪਰ ਬਾਬਾ ਜੀ ਦੀ ਗੱਲ ਨਹੀਂ ਹੋਈ। ਹੋਰ ਬੰਦੇ ਗੱਲ ਕਰਦੇ ਰਹੇ ਆ, ਕਦੇ ਕਹਿੰਦੇ ਸੀਗੇ ਜੀ ਅਸੀਂ ਜੋਧਪੁਰ ਚਲੇ ਗਏ ਰਾਜਸਥਾਨ ਆ, ਕਦੇ ਕੁਛ ਕਹਿੰਦੇ ਸੀ, ਕਦੇ ਕਹਿੰਦੇ ਬਾਬਾ ਸੁੱਤਾ ਪਿਆ, ਕਦੇ ਕਹਿੰਦੇ ਸੀ ਬਾਬਾ ਜੀ ਦਾ ਗਲਾ ਖਰਾਬ ਆ, ਜਾਣੀ ਬਾਬਾ ਜੀ ਦਾ ਬੋਲ ਨਹੀਂ ਸਾਨੂੰ ਮਿਲਿਆ। ਇਹ 4 ਤਰੀਕ ਤੋਂ ਹਾਂ ਅਗਵਾਹ ਕਰਕੇ ਲਿਆ ਕੇ ਜੀ ਉੱਥੋਂ ਕਤਲ ਹੋਇਆ। ਸਾਨੂੰ 7 ਤਰੀਕ ਨੂੰ ਮੇਰੇ ਜੋ ਸਰਪੰਚ ਨੂੰ ਮੈਨੂੰ ਮਿਲੀ ਆ, ਮੱਸਿਆ ਨੂੰ ਮੈਂ ਮੱਥਾ ਟੇਕਣ ਗਿਆ, ਉੱਥੇ ਸਾਰਾ ਪਤਾ ਲੱਗਿਆ ਵੀ ਬਾਬਾ ਜੀ ਦਾ ਫੋਨ ਨਹੀਂ ਹੋ ਰਿਹਾ, ਸੁੱਚਾਂ ਬੰਦ ਹੋ ਗਈਆਂ, ਉਹ ਸਾਰੀ ਵਾਰਦਾਤ ਦਾ ਉੱਥੇ ਪਤਾ ਲੱਗਿਆ ਸੀ। ਉਸੇ ਟਾਈਮ ਹੀ 2 ਘੰਟੇ ਬਾਅਦ ਹੀ ਅਸੀਂ ਥਾਣਾ ਜੋਧਾਂ ਦੇ ਵਿੱਚ ਨਗਰ ਬੰਨੀਓ ਪੰਚਾਇਤ ਬੰਨੀਓ FIR ਦਰਜ ਕਰਾਈ। ਸਾਨੂੰ ਜਿਹੜਾ ਲੈ ਕੇ ਆਇਆ ਉਹ ਤਾਂ ਨਾ ਸਤਨਾਮ ਸਿੰਘ ਆ, ਜੋ ਇੱਥੇ ਦਾ ਮੁੱਖ ਸੇਵਾਦਾਰ ਜੋ ਵੀ ਹੈ ਉਹ ਉਹਨੂੰ ਭੋਲਾ ਕਹਿੰਦੇ ਆ ਜੀ। ਜੋਧਾਂ ਪੁਲਿਸ ਸਟੇਸ਼ਨ ਦੇ ਏਰੀਆ ਵਿੱਚ ਰਤਨਾ ਪਿੰਡ ਦੇ ਵਿੱਚ ਗੁਰਦੁਆਰਾ ਟਾਹਲੀ ਸਾਹਿਬ ਹੈ, ਉੱਥੋਂ ਦੇ ਮੁੱਖ ਸੇਵਾਦਾਰ ਬਾਬਾ ਅਜਾਇਬ ਸਿੰਘ ਹੈਗੇ ਸੀਗੇ। ਉਹ 4 ਤਰੀਕ ਨੂੰ ਉੱਥੋਂ ਆਏ ਨੇ ਅਤੇ ਇਹਨਾਂ ਨੇ ਸਾਨੂੰ ਗੁਰਦੁਆਰਾ ਸਾਹਿਬ ਦੇ ਜਿਹੜੇ ਦੂਜੇ ਮੈਂਬਰ ਸੀਗੇ ਉਹਨਾਂ ਨੇ ਸਾਨੂੰ ਇਤਲਾਹ 2 ਦਿਨਾਂ ਬਾਅਦ ਦਿੱਤੀ ਵੀ ਬਾਬਾ ਜੀ ਜਿਹੜੇ ਲਾਪਤਾ ਹੋ ਗਏ ਆ। ਉਹਦੀ ਤੋਂ ਅਸੀਂ ਅਗਾਂਹ ਇਨਵੈਸਟੀਗੇਸ਼ਨ ਕੀਤੀ, ਕੇਸ ਰਜਿਸਟਰ ਕੀਤਾ 365 ਦੇ ਤਹਿਤ, FIR ਨੰਬਰ 142 PS ਜੋਧਾਂ, ਅਤੇ ਉਹਦੀ ਇਨਵੈਸਟੀਗੇਸ਼ਨ 3 ਬੰਦੇ ਸਾਨੂੰ ਫਿਗਰ ਹੋਏ। ਇੱਥੇ ਆ ਗਊਸ਼ਾਲਾ ਜਿਹੜੀ ਗੋਲਕ ਧਾਮ ਸੰਘੇੜੇ, ਇੱਥੋਂ ਦਾ ਜਿਹੜਾ ਮੇਨ ਬਾਬਾ ਸੰਤ ਭੋਲਾ ਸਿੰਘ ਸੀਗਾ, ਇਹਦੇ ਨਾਲ ਇੱਕ ਦਿਆ ਸਿੰਘ ਪਲੱਸ ਜਿਹੜਾ ਸੰਤ ਭੋਲਾ ਸਿੰਘ ਦਾ ਇੱਕ ਬ੍ਰਦਰ ਹੈ ਬੀਰਾ, ਇਹ ਤਿੰਨੇ ਬੰਦਿਆਂ ਨੇ ਜਿਹੜਾ ਉਹ ਬਾਬਾ ਜੀ ਦੀ ਮਰਡਰ ਕਰਕੇ ਉਹਨਾਂ ਡੈੱਡ ਬੋਡੀ ਨੂੰ ਇੱਥੇ 4 ਤਰੀਕ ਦੀ ਰਾਤ ਨੂੰ ਇੱਥੇ ਦੱਬਤਾ ਸੀਗਾ। ਸੋ ਅੱਜ ਉਹਨਾਂ ਦੀ ਨਿਸ਼ਾਨਦੇਹੀ ਅਤੇ ਅਸੀਂ ਜਿਹੜਾ ਇਹ ਡੈੱਡ ਬੋਡੀ ਇੱਥੋਂ ਰਿਕਵਰ ਕੀਤੀ ਹੈ ਅਤੇ ਅੱਗੇ ਦੀ ਜਿਹੜੀ ਕਾਰਵਾਈ ਤਫਤੀਸ਼ ਦੇ ਦੌਰਾਨ ਹੋਰ ਵੀ ਕਿਸੇ ਦਾ ਜੇ ਰੋਲ ਆਊਗਾ ਅਸੀਂ ਉਹਨੂੰ ਕਰ ਰਹੇ ਹਾਂ ਵੈਰੀਫਾਈ। ਕਿੰਨੇ ਦਿਨ ਤੋਂ ਗਾਇਬ ਸੀਗੇ? ਇਹ 4 ਤਰੀਕ ਦੀ ਮੋਰਨਿੰਗ 11 ਵਜੇ ਉੱਥੋਂ ਗਏ ਸੀਗੇ ਅਤੇ ਪਰ ਇਹਨਾਂ ਨੇ ਇਨਫੋਰਮੇਸ਼ਨ ਆਫਟਰ 2 ਡੇਜ਼ ਦਿੱਤੀ, ਕਿਉਂਕਿ ਰੂਟੀਨ ਵਿੱਚ ਇਹ ਦੱਸਦੇ ਵੀ ਬਾਬਾ ਜੀ ਚਲੇ ਜਾਂਦੇ ਸੀਗੇ 1-2 ਦਿਨਾਂ ਬਾਅਦ ਵਾਪਸ ਆ ਜਾਂਦੇ ਸੀਗੇ। ਇਹਦੇ ਵਿੱਚ ਹਜੇ ਤੱਕ 3 ਮੇਨ ਦੋਸ਼ੀ ਅਸੀਂ ਅਰੈਸਟ ਕੀਤੇ ਹੈ। ਇੱਕ ਇੱਥੋਂ ਦਾ ਗਊਸ਼ਾਲਾ ਦਾ ਜਿਹੜਾ ਮੇਨ ਬਾਬਾ ਸੰਤ ਭੋਲਾ ਸਿੰਘ ਹੈ, ਸੈਕਿੰਡ ਉਹਦਾ ਬ੍ਰਦਰ ਹੈ ਬੀਰਾ, ਅਤੇ 3rd ਇਹਦੇ ਵਿੱਚ ਇੱਕ ਦਿਆ ਸਿੰਘ ਸਨ ਆਫ ਸ਼ਮਸ਼ੇਰ ਸਿੰਘ ਨਾਂ ਦਾ ਬੰਦਾ ਹੈ, ਜਿਹੜਾ ਕਿ ਬਾਬਾ ਜੀ ਨੂੰ ਉੱਥੋਂ ਇਨੋਵਾ ਗੱਡੀ ਦੇ ਵਿੱਚ ਨਾਲ ਲੈ ਕੇ ਆਇਆ ਸੀ। ਪਹਿਲਾਂ ਅਰੈਸਟ ਕੌਣ ਹੋਇਆ ਸੀ, ਜਿਹਦੀ ਨਿਸ਼ਾਨਦੇਹੀ 'ਤੇ ਫੜਿਆ ਇਹ ਕੱਢਿਆ? ਅਸੀਂ ਇਹ 3ਾਂ ਦੀ ਨਿਸ਼ਾਨਦੇਹੀ 'ਤੇ ਕੀਤਾ, ਬਾਕੀ ਡੂਰਿੰਗ ਇਨਵੈਸਟੀਗੇਸ਼ਨ ਦੇਖ ਰਹੇ ਹਾਂ ਹੋਰ ਕੀ ਹੈ। ਬਿਊਰੋ ਰਿਪੋਰਟ।